ਵੀ ਪਈ ਸੀ ਨਾ ਕਹਿੰਦੀ ਜੇ ਤੇਰੇ ਜਿਹਾ ਕੋਈ ਹੋਰ ਹੁੰਦਾ ਨਾ ਤੈਨੂੰ ਹੋਰਾਂ 'ਚ ਕਿਉਂ ਲੱਭਦੇ ਫਿਊਚਰ ਆਪਣਾ ਜਿਹੜਾ ਜੋ ਵੀ ਲਾਈਫ ਪਾਰਟਨਰ ਹੋਵੇ ਉਹਦੇ ਵਾਸਤੇ ਉਹਨੂੰ ਵੀ ਨਹੀਂ ਪਸੰਦ ਮੈਨੂੰ ਪਤਾ ਉਹਨੂੰ ਪਸੰਦ ਨਹੀਂ ਆ ਬਟ ਉਹ ਫੈਮਿਲੀ ਦੇ ਪ੍ਰੈਸ਼ਰ 'ਚ ਆ ਕੇ ਨਾਲੇ ਕਮਾ ਗਏ ਨਾਲੇ ਹੁਣ ਮੈਨੂੰ ਮੈਨੂੰ ਤਾਂ ਸੇਮ ਜਸਟਰ ਸਰ ਬਹੁਤ ਵਧੀਆ ਲੱਗਦੇ ਆ ਕਿਤੇ ਮਿਲੇ ਉਹਨਾਂ ਨੂੰ ਹੈ ਨਾ ਅਤੇ ਮਤਲਬ ਦਿਲਜੀਤ ਦੋਸਾਂਝ ਨਾਲ ਹਾਏ ਪੰਜਾਬੀ ਟੇਸ਼ਨ ਨਾਲ ਜੁੜੇ ਹੋ ਅਤੇ ਮੈਂ ਜੱਸੀ ਬੜੈਸ ਦੋਸਤੋ ਯਾਰ ਚੱਲੇ ਵਾਰ ਆਪਾਂ ਸਾਰਿਆਂ ਨੇ ਵੇਖੀ ਹੈ ਸੋ ਸਾਡੇ ਨਾਲ ਅੱਜ ਬਹੁਤ ਹੀ ਕਮਾਲ ਦੀਆਂ ਅਤੇ ਖੂਬਸੂਰਤ ਕੁੜੀਆਂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜੋਤ ਚੇਸ਼ਟਾ ਅਤੇ ਰਾਜਵੀਰ ਸੋਰੀ ਮੈਂ ਯਾਦ ਰਹਿ ਗਿਆ ਮੇਰੇ ਨਾ ਕਿੱਦਾਂ ਮੈਮ ਠੀਕ ਹੋ ਜੀ ਬਹੁਤ ਵਧੀਆ 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 ਬਹੁਤ ਵਧੀਆ ਅੱਛਾ ਨਾ ਮੈਂ ਤੁਸੀਂ ਅੱਜ ਇੱਕ ਸਟੋਰੀ ਪਾਈ ਸੀ ਨਾ ਕਹਿੰਦੇ ਜੇ ਤੇਰੇ ਜਿਹਾ ਕੋਈ ਹੋਰ ਹੁੰਦਾ ਨਾ ਤੈਨੂੰ ਹੋਰਾਂ 'ਚ ਕਿਉਂ ਲੱਭਦੇ ਕਿਉਂ ਅਤੇ ਕਾਹਦੇ ਲਈ ਪਾਈ ਤੁਸੀਂ ਉਹ ਗਾਣਾ ਹਰਵੀ ਦਾ ਤੇ ਮੈਨੂੰ ਵਧੀਆ ਲੱਗਦਾ ਮੈਂ ਪਹਿਲਾਂ ਵੀ ਉਹ ਗਾਣੇ 'ਚ ਕੋਟ ਜੀ ਪਾਈ ਸੀ ਕਿਸੇ ਫੋਟੋ 'ਤੇ ਪਤਾ ਨਹੀਂ ਅਸੀਂ ਉੱਦਾਂ ਹੀ ਡਰ ਗਏ ਸੀ ਪਤਾ ਨਹੀਂ ਕੁੜੀ ਨੂੰ ਕੀ ਹੋ ਗਿਆ ਹੈ ਨਾ ਫਿਊਚਰ ਆਪਣਾ ਬਿੰਡੀਆਂ ਜੋ ਵੀ ਲਾਈਫ ਪਾਰਟਨਰ ਹੋਵੇ ਉਹਦੇ ਵਾਸਤੇ ਅੱਛਾ ਤੁਸੀਂ ਨਾ ਕੀ ਤੁਸੀਂ ਭਾਨੀ ਕਿਉਂ ਮਾਰੇ ਹੋ ਨਾ ਤੁਹਾਨੂੰ ਰਿਸ਼ਤਾ ਕਿਉਂ ਨਹੀਂ ਪਸੰਦ ਆ ਰਿਹਾ ਇਹਨਾਂ ਦਾ ਮਤਲਬ ਇਹਨਾਂ ਦਾ ਮੈਂ ਰਿਸ਼ਤੇ ਤੁਸੀਂ ਭਾਨੀ ਕਿਉਂ ਮਾਰੇ ਹੋਗੇ ਮੁੰਡਾ ਪਸੰਦ ਨਹੀਂ ਤੁਹਾਨੂੰ ਉਹ ਹਾਂ ਮੈਨੂੰ ਨਹੀਂ ਇਹਨਾਂ ਨੂੰ ਪਸੰਦ ਆ ਨਾ ਇਹਨਾਂ ਨੂੰ ਹੋ ਲੈਣ ਦਿਓ ਫਿਰ ਨਹੀਂ ਉਹਨਾਂ ਨੂੰ ਵੀ ਨਹੀਂ ਪਸੰਦ ਮੈਨੂੰ ਪਤਾ ਉਹਨੂੰ ਪਸੰਦ ਨਹੀਂ ਆ ਬਟ ਉਹ ਫੈਮਿਲੀ ਦੇ ਪ੍ਰੈਸ਼ਰ 'ਚ ਆ ਕੇ ਉਹ ਕਰ ਰਹੀ ਆ ਤਾਂ ਕਰਕੇ ਬਸ ਤਾਂ ਕਰਕੇ ਕਿੱਦਾਂ ਤੁਹਾਨੂੰ ਰਿਸਪੋਂਸ ਮਿਲ ਰਿਹਾ ਹੈ ਨਾ ਕਿ ਕਮਾਲ ਦੀ ਵੈਬ ਸੀਰੀਜ਼ ਆ ਕਿੱਦਾਂ ਦੇ ਮੈਸੇਜ ਆ ਰਹੇ ਨੇ ਜਾਂ ਤੁਹਾਨੂੰ ਕੀ ਲੱਗਿਆ ਇਸ ਤੋਂ ਬਾਅਦ ਹੈ ਕਿ ਤੁਹਾਨੂੰ ਆਪਣੇ ਆਪ 'ਚ ਚੇਂਜ ਲੱਗਿਆ ਹੈ ਨਾ ਮੈਸੇਜਸ ਤਾਂ ਬਹੁਤ ਵਧੀਆ ਆ ਰਿਹਾ ਜਦੋਂ ਵੈਬ ਸੀਰੀਜ਼ ਚੱਲ ਵੀ ਰਹੀ ਸੀਗੀ ਬਹੁਤ ਸੋਹਣੇ ਸੋਹਣੇ ਮੈਸੇਜਸ ਆ ਰਹੇ ਸੀ ਜਦੋਂ ਖਤਮ ਹੋ ਗਈ ਫਿਰ ਲੋਕ ਡਿਸਅਪੁਆਇੰਟ ਵੀ ਹੋਏ ਫਿਰ ਇਹ ਵੀ ਕਿਹਾ ਕਿ ਯਾਰ ਬਸ 6 ਐਪੀਸੋਡ ਇੱਦਾਂ ਕਿਉਂ ਇੰਨੀ ਛੇਤੀ ਕੋ ਖਤਮ ਕਰਤੀ ਹੁਣੇ ਵੀ ਮੇਰੇ ਫਰੈਂਡਸ ਵੀ ਅੱਜ ਸਵੇਰੇ ਵੀ ਮੈਨੂੰ ਲੱਗਦਾ ਮੈਂ 3-4 ਮੈਸੇਜਸ ਆਏ ਹੋਣੇ ਆ ਕਿ ਯਾਰ 6 ਐਪੀਸੋਡ ਉਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਕਿ ਹੁਣ ਸੈਕਿੰਡ ਸੀਜ਼ਨ 'ਤੇ ਵੀ ਪੁੱਛ ਰਹੇ ਸੀ ਕਿ ਹੁਣ ਇਹਦੇ ਵੀ 6 ਐਪੀਸੋਡ ਹੋਣਗੇ ਕਮ ਸੇ ਕਮ 10 ਤਾਂ ਬਣਾਇਓ ਅਤੇ ਬਸ ਚੇਂਜ ਇਹੀ ਹੈ ਕਿ ਵਧੀਆ ਲੱਗਦਾ ਆ ਅਤੇ ਹੁਣ ਬਸ ਹੁਣ ਉਹ ਰਿਸਪੋਂਸੀਬਿਲਿਟੀ ਵੀ ਉਨੀ ਵੱਧ ਗਈ ਹੈ ਕਿ ਸੀਜ਼ਨ 2 'ਚ ਉਨਾ ਹੀ ਬੈਟਰ ਪਰਫੋਰਮ ਕਰਨਾ ਆ ਅਤੇ ਵਧੀਆ ਹੋਣਾ ਚਾਹੀਦਾ ਤੁਹਾਡਾ ਕਰੈਕਟਰ ਥੋੜ੍ਹਾ ਜਿਹਾ ਅੜਬ ਜਿਹਾ ਹੈ ਨਾ ਤੁਸੀਂ ਮਤਲਬ ਥੋੜ੍ਹਾ ਜਿਹਾ ਗੁੱਸੇ ਜਿਹੇ 'ਚ ਵੀ ਥੋੜ੍ਹੇ ਪਿੰਡਾਂ ਜਿਹੇ ਵਾਲਾ ਕਰੈਕਟਰ ਆ ਹੈ ਨਾ ਅਤੇ ਕਿਵੇਂ ਤੁਹਾਨੂੰ ਕਿਵੇਂ ਲੱਗ ਰਿਹਾ ਕਰੈਕਟਰ ਮੈਂ ਬਹੁਤ ਇੰਜੋਏ ਕਰ ਰਹੀ ਹਾਂ ਮੇਰੀ ਲਾਈਫ ਨਾਲ ਐਕਚੁਅਲੀ ਮੇਰੀ ਐਕਚੁਅਲ ਲਾਈਫ ਦੇ ਨਾਲ ਰਿਲੇਟ ਕਰ ਰਿਹਾ ਮੇਰਾ ਕਰੈਕਟਰ ਅਤੇ ਮੈਨੂੰ ਨਿਭਾਉਣ 'ਚ ਵਿੱਚ ਵੀ ਕੋਈ ਜ਼ਿਆਦਾ ਮਤਲਬ ਮੈਂ ਕਹਿ ਸਕਦੀ ਹਾਂ ਕਿ ਮੈਨੂੰ ਐਫਰਟਸ ਨਹੀਂ ਕਰਨੇ ਪਏ ਮੈਨੂੰ ਐਜ਼ ਇਟ ਇਜ਼ ਉਵੇਂ ਹੀ ਮੈਂ ਜਿਵੇਂ ਦੀ ਹੈਗੀ ਉਵੇਂ ਦਾ ਹੀ ਕਰਨਾ ਪੈ ਰਿਹਾ ਅੜਬ ਉਹ ਕਿਤੇ ਮਤਲਬ ਹਾਲਾਤਾਂ ਨੂੰ ਲੈ ਕੇ ਥੋੜ੍ਹਾ ਹੋ ਜਾਂਦੀ ਆ ਜਾਂ ਸਿਚੁਏਸ਼ਨਸ ਇੱਦਾਂ ਦੀਆਂ ਕ੍ਰੀਏਟ ਹੋ ਜਾਂਦੀਆਂ ਕਿ ਉਹਨੂੰ ਹੋਣਾ ਪੈਂਦਾ ਬਟ ਇੱਦਾਂ ਦੀ ਨਹੀਂ ਹੈਗੀ ਰਮਨੀਕ ਨਾ ਰਾਜਵੀਰ ਇੱਦਾਂ ਦੀ ਨਾ ਰਮਨੀਕ ਪਰ ਕੁਛ ਹਾਲਾਤ ਇੱਦਾਂ ਦੇ ਪੈਦਾ ਹੋ ਜਾਂਦੇ ਆ ਕਿ ਹੋਣਾ ਪੈਂਦਾ ਬਟ ਅਦਰਵਾਈਜ਼ ਸਭ ਅੱਛਾ ਸਮੂਥ ਚੱਲ ਰਿਹਾ ਅੱਛਾ ਮੈਂ ਨਾ ਸੀਰੀਜ਼ 'ਚ ਵੀ ਦੇਖਿਆ ਸੀ ਕੁੜੀ ਚੁੱਪੀ ਰਹਿੰਦੀ ਆ ਅਤੇ ਹੁਣ ਵੀ ਬਹੁਤ ਘੱਟ ਬੋਲਦੇ ਆ ਇਹ ਸੱਚੀ ਇੱਦਾਂ ਦਾ ਕਿ ਮਤਲਬ ਉੱਦਾਂ ਥੋੜ੍ਹੇ ਡਰੇ ਹੋਏ ਨੇ ਨਹੀਂ ਜਿਨ੍ਹਾਂ ਨੂੰ ਜਾਣਦੇ ਆ ਉਹਦੇ ਨਾਲ ਤਾਂ ਬੋਲਦੇ ਆ ਜਿੱਦਾਂ ਪਹਿਲਾਂ ਥੋੜ੍ਹੇ ਇੰਟਰੋਵਰਟ ਆ ਪਹਿਲਾਂ ਨਹੀਂ ਇੱਕੋਦਮ ਨਹੀਂ ਖੁੱਲਦੇ ਹੁੰਦੇ ਬਾਕੀ ਜਦੋਂ ਜਾਂ ਖੁੱਲ ਜਾਂਦੇ ਆ ਹਾਂ ਫਿਰ ਸਾਨੂੰ ਇੰਟਰਵਿਊ ਸਾਨੂੰ ਫਿਰ ਕੱਲ੍ਹ 1-2 ਘੰਟੇ ਦੀ ਕਰਨੀ ਪੈਣੀ ਆ ਕਿਉਂਕਿ ਤੁਸੀਂ ਹੌਲੀ ਹੌਲੀ ਖੁੱਲ੍ਹਣਾ ਫਿਰ ਤੁਸੀਂ ਬੋਲਣਾ ਹੈ ਨਾ ਨਹੀਂ ਨਹੀਂ ਇੰਟਰਵਿਊ 'ਚ ਤਾਂ ਮੈਂ ਫਿਰ ਬੋਲਦੀ ਹਾਂ ਕਿ ਹੁਣ ਉੱਥੇ ਕੋਈ ਆਪਸ਼ਨ ਨਹੀਂ ਹੈ ਨਾ ਬੋਲਣਾ ਪੈਣਾ ਆ ਅਤੇ ਮੈਂ ਹੋਰ ਟਰਾਈ ਕਰੂੰਗੀ ਮੈਨੂੰ ਕਿੰਨੇ ਜਣੇ ਨੇ ਕਿਹਾ ਤੁਸੀਂ ਇੰਟਰਵਿਊ 'ਚ ਵੀ ਘੱਟ ਬੋਲਦੇ ਹੋ ਮੈਨੂੰ ਗੱਲਾਂ ਨਹੀਂ ਆਉਂਦੀਆਂ ਮੈਨੂੰ ਜ਼ਿਆਦਾ ਮੈਂ ਸੁਣਦੀ ਰਹਿੰਦੀ ਮੈਂ ਸਾਰਿਆਂ ਨੂੰ ਅਬਜ਼ਰਵ ਕਰਦੀ ਰਹਿੰਦੀ ਹਾਂ ਅਤੇ ਬੋਲਦੀ ਮੈਂ ਘੱਟ ਹਾਂ ਕਰੈਕਟਰ ਕਿੱਦਾਂ ਤੁਹਾਨੂੰ ਨਾ ਤੁਹਾਨੂੰ ਲੱਗ ਤੁਹਾਡੀਆਂ ਅੱਖਾਂ 'ਚ ਕਿਉਂ ਲੱਗ ਰਿਹਾ ਕਿ ਤੁਸੀਂ ਕਲੈਵਰ ਜਿਹੇ ਹੋਵੋਗੇ ਹੈ ਨਾ ਨਹੀਂ ਵੀ ਦੇਖਿਆ ਕਿ ਤੁਸੀਂ ਅੱਖਾਂ ਨਾਲ ਜ਼ਿਆਦਾ ਗੱਲ ਕਰਦੇ ਹੋ ਨਹੀਂ ਪਰ ਰੀਅਲ 'ਚ ਮੈਂ ਇੱਦਾਂ ਦੀ ਨਹੀਂ ਹਾਂ ਉਹ ਸੀਰੀਜ਼ 'ਚ ਹੈ ਸੀਰੀਜ਼ ਦੇਖ ਕੇ ਤੁਹਾਨੂੰ ਇੱਦਾਂ ਲੱਗ ਰਿਹਾ ਇੱਦਾਂ ਨਹੀਂ ਅਦਰਵਾਈਜ਼ ਬਾਕੀ ਨਹੀਂ ਇੱਦਾਂ ਨਹੀਂ ਆ ਉਹ ਸੀਰੀਜ਼ ਉਹਦਾ ਕਰੈਕਟਰ ਇੱਦਾਂ ਦਾ ਆ ਤਾਂ ਕਰਕੇ ਕੀਤਾ ਰੀਅਲ 'ਚ ਨਹੀਂ ਮੈਂ ਇੱਦਾਂ ਅੱਖਾਂ ਉੱਖਾਂ ਘੁਮਾਉਂਦੀ ਨਾਲੇ ਘੁਮਾ ਗਏ ਨਾਲੇ ਹੁਣ ਫਿਰ ਦੱਸਤਾ ਵੀ ਠੀਕ ਕਿਹੋ ਜਿਹਾ ਮਾਹੌਲ ਤੁਹਾਡਾ ਬਣਿਆ ਸੀ ਨਾ ਕਿ ਹੁਣ ਜਦੋਂ ਆਪਾਂ ਇਕੱਠੇ ਕੰਮ ਕਰਦੇ ਹਨਾ ਕਿ ਫਰੈਂਡ ਸਰਕਲ ਬਣ ਜਾਂਦਾ ਹੁੰਦਾ ਗਾ ਅਤੇ ਜਦੋਂ ਥੋੜ੍ਹਾ ਜਿਹਾ ਤੁਸੀਂ ਫਿਰ ਹਨਾ ਇਹ ਤੋਂ ਬਾਅਦ ਘਰਾਂ ਨੂੰ ਚੱਲ ਗਏ ਹਨਾ ਫਿਰ ਕਿਹਦਾ ਮੈਸੇਜ ਹੁੰਦਾ ਵੀ ਦਿਲ ਨਹੀਂ ਲੱਗ ਰਿਹਾ ਹਨਾ ਇਹਦਾ 3 ਵਜੇ ਮੈਨੂੰ ਮੈਸੇਜ ਆਇਆ ਸੀ ਇੱਕ ਵਾਰੀ ਰਾਤੀ ਸਨੈਪਚੈਟ 'ਤੇ ਯਾਰ ਆਈ ਮਿਸ ਯੂ ਕਿਉਂਕਿ ਆਪਾਂ ਇਕੱਠੇ ਰਹੇ ਹਾਂ ਨਾ 1-2 ਮਹੀਨਾ ਆਪਾਂ ਇਕੱਠੇ ਰਹੇ ਅਤੇ ਫਿਰ ਜਦੋਂ ਮੈਂ ਘਰੇ ਗਈ ਹਾਂ ਆਦਤ ਜੀ ਪੈ ਗਈ ਸੀ ਹੈ ਨਾ ਕਿ ਹੈ ਨਾ ਅਤੇ ਫਿਰ ਉਸ ਦਿਨ ਮੈਂ ਜਦੋਂ ਆਪਾਂ ਵਾਪਸ ਗਏ ਫਿਰ ਮੈਂ ਯਾਰ ਮੈਨੂੰ ਇੱਕ ਦਿਨ ਫੀਲ ਹੋਇਆ ਮੈਂ ਕਿਹਾ ਯਾਰ ਨਹੀਂ ਯਾਰ ਜੋਤ ਹੋਣੀ ਚਾਹੀਦੀ ਸੀ ਮੈਂ ਮੈਸੇਜ ਕੀਤਾ ਮਿਸ ਯੂ ਸਭ ਤੋਂ ਵੱਧ ਹੈ ਚਲੋ ਇੱਕ ਫਰੈਂਡ ਸਰਕਲ ਸਾਰਿਆਂ ਨਾਲ ਹੋਣਾ ਵਧੀਆ ਆਪਣਾ ਹੁੰਦਾ ਪਰ ਇੱਕ ਕਲੋਜ਼ ਹੁੰਦਾ ਸਭ ਤੋਂ ਵੱਧ ਤੁਹਾਡੇ ਸਭ ਤੋਂ ਵੱਧ ਕਲੋਜ਼ ਸਾਰੇ ਹੀ ਆ ਕਿ ਆਪਾਂ ਨਹੀਂ ਇੱਕ ਇੱਦਾਂ ਨਹੀਂ ਆ ਆਪਾਂ ਸਾਰੇ ਹੀ ਬੜੇ ਕਲੋਜ਼ ਆ ਇੱਦਾਂ ਨਹੀਂ ਆ ਕਿ ਹਾਂ ਇੱਕ ਨਾਲ ਹੀ ਆ ਸਾਰੇ ਬਹੁਤ ਕਲੋਜ਼ ਆ ਕਿਉਂਕਿ ਆਪਾਂ ਸਾਰੇ ਇਕੱਠੇ ਰਹਿੰਦੇ ਸੀ ਇੱਕੋ ਜਗ੍ਹਾ 'ਤੇ ਰਹਿੰਦੇ ਸੀ ਤਾਂ ਕਰਕੇ ਆਪਾਂ ਤਾਂ ਤਿੰਨਾਂ ਨੇ ਰੂਮ ਵੀ ਸ਼ੇਅਰ ਕੀਤਾ ਆ
ਤੇ ਮਤਲਬ ਸਾਰਿਆਂ ਨਾਲ ਹੀ ਬਹੁਤ ਅੱਛੀ ਬੌਂਡਿੰਗ ਆ। ਜਿੱਦਾਂ ਤੁਸੀਂ ਤਿੰਨਾਂ ਨੇ ਰੂਮ ਸ਼ੇਅਰ ਕੀਤਾ ਨਾ ਤਾਂ ਸਵੇਰੇ ਜਲਦੀ ਸਭ ਤੋਂ ਪਹਿਲਾਂ ਕੌਣ ਕਿਹਨੂੰ ਉਠਾਉਂਦਾ ਹੁੰਦਾ ਸੀ? ਜਦੋਂ ਕਾਲ ਟਾਈਮ ਜਲਦੀ ਹੁੰਦਾ ਸੀ ਅਸੀਂ ਤਿੰਨੋਂ ਇੱਕ ਦੂਜੇ ਨੂੰ ਕਹਿ ਕੇ ਸੌਂ ਜਾਂਦੀਆਂ ਹੁੰਦੀਆਂ ਸੀ ਵੀ ਜਿਹੜਾ ਪਹਿਲਾਂ ਉੱਠੂਗਾ ਨਾ ਉਹਨੇ ਪਹਿਲਾਂ ਉਠਾ ਦੇਣਾ ਹੈ। ਉਠਾਉਂਦੀਆਂ ਸੀਗੀਆਂ ਮੈਂ ਤਾਂ ਲੇਟ ਮੈਂ ਲੇਟ ਉੱਠਦੀ ਸੀ। ਅਸੀਂ ਕਹਿ ਦਿੰਦੇ ਸੀ ਕਿ ਸੁਬਾਹ ਨਾ ਇੰਨੇ ਵਜੇ ਦਾ ਕਾਲ ਟਾਈਮ ਆ, ਜਿਹੜਾ ਵੀ ਪਹਿਲਾਂ ਉੱਠੂਗਾ ਪਹਿਲਾਂ ਉਹ ਨਹਾ ਕੇ ਨਾ ਦੂਸਰੇ ਨੂੰ ਉਠਾ ਦੇਗਾ, ਜਲਦੀ ਜਲਦੀ ਤੁਸੀਂ ਰੈਡੀ ਹੋ ਜਾਓ। ਹੱਲਾ ਗੁੱਲਾ ਕੌਣ ਕਰਦਾ ਹੁੰਦਾ ਸੀ ਜਿਹਨੂੰ ਜਿਹੜਾ ਮਤਲਬ ਦਿਲ ਵੀ ਲਵਾ ਕੇ ਰੱਖਦਾ ਹੋਵੇ ਨਾ ਤੇ ਸਭ ਤੋਂ ਵੱਧ ਜਿਹੜਾ ਬੋਲਦਾ ਹੋਵੇ? ਇਹ ਦੋਨੋਂ ਹੀ ਮੈਨੂੰ ਲੱਗਦਾ। ਮੈਂ ਵੀ ਬਟ ਆਪਾਂ ਮਤਲਬ ਇੰਜੋਏ ਇਹਨਾਂ ਦੋਨਾਂ ਨੇ ਹੀ ਕੀਤਾ, ਜਿਵੇਂ ਇੰਜੋਏ ਇਹ ਦੋਨੋਂ ਕਰਾਉਂਦੀਆਂ ਸੀਗੀਆਂ ਆਪਾਂ। ਜਿਵੇਂ ਰਾਤੀ ਜੇ ਸਵੇਰੇ ਕਾਲ ਟਾਈਮ ਲੇਟ ਹੋਣਾ ਫਿਰ ਆਪਾਂ ਛੱਤ 'ਤੇ ਜਾ ਕੇ ਚਾਰ ਚਾਰ ਪੰਜ ਪੰਜ ਵਜੇ ਤੱਕ ਬੈਠ ਕੇ ਆਪਾਂ ਗੱਲਾਂ ਮਾਰਦੇ ਰਹਿੰਦੇ ਸੀ, ਖਾਂਦੇ ਪੀਂਦੇ ਰਹਿੰਦੇ ਸੀ। ਚੁਗਲੀਆਂ ਕੌਣ ਕਰਦੇ? ਚੁਗਲੀਆਂ ਕੀਤੀਆਂ ਕਦੇ ਸੈੱਟ 'ਤੇ ਵੀ? ਪੱਲਵੀ ਦਾ ਕਰੈਕਟਰ ਦਿੰਦੇ ਮੇਰੇ ਤੋਂ ਹੋਣਾ ਨਹੀਂ ਸੀ ਉਹ, ਹੈ ਨਾ, ਮੇਰੇ ਮੇਰੀ ਲੁੱਕ 'ਤੇ ਵੀ ਸੂਟ ਨਹੀਂ ਸੀ ਕਰਨਾ ਅਤੇ ਫਿਰ ਉਹ ਲੋਕਾਂ ਨੂੰ ਦੇਖਣ 'ਚ ਵੀ ਨਹੀਂ ਚੰਗਾ ਲੱਗਣਾ ਸੀਗਾ। ਤਾਂ ਬੜੇ ਸੋਚ ਸਮਝ ਕੇ ਕਾਸਟ ਕੀਤੀ ਹੈ ਅਤੇ ਮਤਲਬ ਸਾਰੇ ਸੈਟਿਸਫਾਈਡ ਆਪਣੇ ਆਪਣੇ ਕਰੈਕਟਰ ਤੋਂ। ਪੱਲਵੀ, ਜਿੱਦਾਂ ਹੈ ਨਾ ਕਿ ਤੁਸੀਂ ਬਹੁਤ ਸਾਰੇ ਚਿਹਰੇ ਫਿਲਮਾਂ ਦੇ ਵਿੱਚ ਵੀ ਹੈ ਨਾ ਆਏ ਹੋ, ਇਸ ਤੋਂ ਸੀਰੀਜ਼ ਤੋਂ ਬਾਅਦ ਤੁਹਾਡਾ ਵੀ ਆਇਆ ਹੈ ਨਾ, ਸੋ ਕਿਵੇਂ ਦਾ ਇਸ ਤੋਂ ਬਾਅਦ ਲੱਗ ਰਿਹਾ, ਕੀ ਮੂਵਮੈਂਟ ਲੱਗ ਰਹੀ ਹੈ ਹੈ ਨਾ ਸੀਰੀਜ਼ ਤੋਂ ਬਾਅਦ? ਕੀ ਤੁਸੀਂ ਰਿਪੀਟ ਕਰ? ਸੀਰੀਜ਼ ਤੋਂ ਬਾਅਦ ਬਹੁਤ ਸਾਰੇ ਚਿਹਰੇ ਫਿਲਮਾਂ ਦੇ ਵਿੱਚ ਵੀ ਆਏ ਨੇ ਹੈ ਨਾ? ਹਾਂਜੀ ਹਾਂਜੀ, ਅਤੇ ਹਜੇ ਤਾਂ ਆਪਾਂ ਸੀਜ਼ਨ 2 ਦੀ ਹੀ ਉਹ ਕਰ ਰਹੇ ਹਾਂ ਪ੍ਰੀਪਰੇਸ਼ਨ ਵਗੈਰਾ, ਹਜੇ ਹੋਰ ਕੋਈ ਪ੍ਰੋਜੈਕਟ ਨਹੀਂ ਆਪਾਂ ਪਿੱਕ ਕਰ ਰਹੇ ਕਿਉਂਕਿ ਆਲਰੇਡੀ ਹਜੇ ਫਸਟ ਮੁੱਕ ਆਇਆ, ਹੁਣ ਆਪਾਂ ਸੈਕਿੰਡ ਦਾ ਸ਼ੂਟ ਕਰਨਾ ਵਿੱਚ। ਬਲਕਿ ਕੁਛ ਆਏ ਵੀ ਸੀ ਨਾ ਪ੍ਰੋਜੈਕਟਸ ਤਾਂ ਆਪਾਂ ਜਿੱਦਾਂ ਹੁਣੇ ਵੀ ਹੈ ਨਾ, ਤਾਂ ਆਪਾਂ ਨੂੰ ਆਪਾਂ ਉਹੀ ਕੀਤਾ ਕਿ ਯਾਰ ਇੱਦਾਂ ਸੀ ਕਿ ਅਜੇ ਆਪਾਂ ਪ੍ਰਿਪੇਅਰ ਕਰਨਾ ਸੈਕਿੰਡ ਲਈ ਹੈ ਨਾ, ਤਾਂ ਬਹੁਤ ਜ਼ਿਆਦਾ ਪ੍ਰੋਜੈਕਟਸ ਵੀ ਨਹੀਂ ਕਰਨੇ, ਚੂਜ਼ ਕਰ ਕਰਕੇ ਫਿਰ ਬੰਦਾ ਇੱਕ ਚੀਜ਼ 'ਤੇ ਫੋਕਸ ਨਹੀਂ ਕਰ ਪਾਉਂਦਾ ਕਿਉਂਕਿ ਹੁਣ ਸੈਕਿੰਡ ਸੀਜ਼ਨ ਸ਼ੁਰੂ ਹੋਣਾ, ਉਹਦੀ ਵੀ ਪ੍ਰੈਪਰੇਸ਼ਨ ਕਿ ਆਹ ਛੋਟੇ ਮੋਟੇ ਕੰਮ, ਸ਼ੋਪਿੰਗ ਕਰਨੀ, ਆਹ ਕਰਨਾ, ਉਹ ਕਰਨਾ, ਅਤੇ ਫਿਰ ਡੇਟਸ ਦਾ ਬੜਾ ਇਸ਼ੂ ਹੁੰਦਾ ਕਿਉਂਕਿ ਪੂਰਾ ਪੂਰਾ ਦਿਨ ਨਹੀਂ ਦਿੱਤਾ ਜਾਂਦਾ ਹੈ ਨਾ ਕਈ ਵਾਰ। ਪੀਸ ਆਫ ਮਾਇੰਡ ਨਾਲ ਕਿ ਇੱਕ ਚੀਜ਼ 'ਤੇ ਬੰਦਾ ਫੋਕਸ ਕਰਕੇ ਉਹ 'ਤੇ ਫੋਕਸ ਕਰੇ, ਬਾਲਾ ਇਹ ਨਹੀਂ ਕਿ ਇੱਧਰ ਇੱਧਰ ਹੱਥ ਪੈਰ ਸਾਰੇ ਚਾਰੇ ਪਾਸੇ ਮਾਰ ਲੈ। ਜਿੱਦਾਂ ਤੁਸੀਂ ਕਿਹਾ ਨਾ ਇਸ ਸੀਰੀਜ਼ ਤੋਂ ਪਹਿਲਾਂ ਨਾ ਕਈ ਆਪਾਂ ਨੂੰ ਵੀ ਐਕਟਿੰਗ ਲਾਈਨ 'ਚ ਆਉਣਾ ਜਾਂ ਨਹੀਂ ਆਉਣਾ, ਹੁਣ ਵਿਜ਼ਨ ਕਲੀਅਰ ਹੋ ਗਿਆ ਵੀ ਇਸੇ ਲਾਈਨ 'ਚ ਹੀ ਆਉਣਾ, ਇਸ ਲਾਈਨ 'ਚ ਹੀ ਕੰਮ ਕਰਨਾ? ਮੇਰਾ ਤਾਂ ਮਤਲਬ ਨਿੱਕੇ ਹੁੰਦੇ ਦਾ ਹੀ ਸੀਗਾ, ਮੈਨੂੰ ਨਿੱਕੇ ਹੁੰਦਾ ਸੀਗਾ ਸਟਾਰ ਹੀ ਬਣਨਾ ਬਸ, ਉਸ ਤੋਂ ਪਹਿਲੇ ਗੱਲ ਹੀ ਨਹੀਂ ਹੋਈ। ਅੱਛਾ, ਹੁਣ ਸਟਾਰ ਬਣ ਗਏ ਨਾ, ਲੋਕ ਫੋਟੋਆਂ ਕਰਵਾਉਂਦੇ ਆ, ਤਾਂ ਕਿੱਦਾਂ ਦੀ? ਅਜੇ ਨਹੀਂ, ਮੈਨੂੰ ਲੱਗਦਾ ਅਜੇ ਤੇ ਸਟਾਰਟ ਹੋਈ ਆ ਤੇ ਅਜੇ ਮਤਲਬ ਚਿਹਰਾ ਲੁੱਕ ਪਛਾਣ ਚ ਆ ਗਈ। ਹਾਂ, ਸ਼ੁਰੂ ਕਰ ਗਏ ਤੇ ਉਹ ਵਧੀਆ ਲੱਗਦਾ ਆ ਤੇ, ਬਟ ਅਜੇ ਲਾਈਕ ਇਟਸ ਲੌਂਗ ਵੇ, ਦਿੱਲੀ ਵੀ ਬਹੁਤ ਦੂਰ ਹੈ। ਇੰਡਸਟਰੀ ਦੇ ਵਿੱਚ ਨਾ ਕਿਹਨਾਂ ਨੂੰ ਤੁਹਾਡਾ ਸੁਪਨਾ, ਜਿਹਨਾਂ ਨੂੰ ਮਿਲਣ ਦਾ ਸੁਪਨਾ, ਜਿਹਨਾਂ ਨੂੰ ਫਿਲਮ ਕਰਨ ਦਾ ਸੁਪਨਾ? ਮੈਨੂੰ ਤਾਂ ਸੇਮ ਜਸਟਰ ਸਰ ਬਹੁਤ ਵਧੀਆ ਲੱਗਦਾ ਹੈ। ਕਿੱਥੇ ਮਿਲੇ ਉਹਨਾਂ ਨੂੰ? ਇੱਕ ਵਾਰੀ ਮਿਲੀ ਸੀ ਸ਼ੂਟ ਦੇ ਸੈੱਟ 'ਤੇ ਅਤੇ ਮੈਨੂੰ ਬਹੁਤ ਜਿਵੇਂ ਉਹਨਾਂ ਦੀ ਪਰਸਨੈਲਿਟੀ ਆ ਅਤੇ ਮੈਨੂੰ ਉਹਨਾਂ ਨਾਲ ਕੰਮ ਕਰਨਾ। ਕਿੱਦਾਂ ਲੱਗਦਾ, ਕਿੱਦਾਂ? ਮੈਂ ਦਿਲਜੀਤ ਨਾਲ ਕੰਮ ਕਰਨਾ, ਦਿਲਜੀਤ ਦੋਸਾਂਝ ਅਤੇ ਐਮੀ ਵਿਰਕ ਵੀ। ਮਤਲਬ ਦਿਲਜੀਤ ਦੋਸਾਂਝ ਨਾਲ ਹਾਏ ਮੈਂ ਤਾਂ ਉਧਰ ਹੀ ਮੈਂ ਵੀ ਹੋਸ਼ ਹੋ ਜੂੰਗੀ। ਹਾਂਜੀ, ਤੁਹਾਨੂੰ ਕਿੱਦਾਂ ਲੱਗਦਾ ਕਿ ਮਤਲਬ ਕਿੰਨਾ ਦਾ ਕੰਮ ਕਰਨਾ, ਮੇਰੇ ਦਾ ਕਿੰਨਾ ਲੱਗਦਾ? ਮੈਨੂੰ ਸਰਗੁਣ ਦੀ ਐਕਚੁਅਲੀ ਨਾ ਐਕਟਿੰਗ ਸ਼ੁਰੂ ਤੋਂ ਹੀ ਮੈਨੂੰ ਬੜੀ ਵਧੀਆ ਲੱਗਦੀ ਹੈ। ਮੈਂ ਇਵਨ ਦੋ ਵਾਰੀ ਮਤਲਬ ਮੈਮ ਨੂੰ ਮੈਂ ਮਿਲ ਵੀ ਚੁੱਕੀ ਹਾਂ, ਪਰ ਮੈਨੂੰ ਇਹ ਹੁੰਦਾ ਕਿ ਸਿਰਫ ਮਿਲਣਾ ਇੱਕ ਆਰਟਿਸਟ ਨੂੰ ਕਾਫੀ ਨਹੀਂ ਹੁੰਦਾ, ਮੈਨੂੰ ਇਹ ਹੁੰਦਾ ਜੇ ਅਗਰ ਮੈਂ ਉਹਨਾਂ ਨਾਲ ਮਿਲੀ ਹਾਂ ਤਾਂ ਮੈਂ ਕੰਮ ਨਾਲ ਰਿਲੇਟਡ ਕੁਛ ਹੋਵੇ ਕੰਮ ਕਰਨਾ, ਮਤਲਬ ਆਰਟਿਸਟ ਦੇ ਨਾਲ ਨਾ ਜਿਹੜੇ ਮਤਲਬ ਇਸਟੈਬਲਿਸ਼ਡ ਹੋਏ ਵੇ ਆਲਰੇਡੀ। ਤਾਂ ਸਰਗੁਣ ਮੈਮ ਨਾਲ ਮੈਨੂੰ ਹੈ ਕਿ ਮੈਨੂੰ ਅਗਰ ਮੌਕਾ ਮਿਲੂਗਾ ਤਾਂ ਡੈਫੀਨੇਟਲੀ ਮੈਂ ਕਰੂੰਗੀ। ਜਾਂਦੇ ਜਾਂਦੇ ਕੀ ਮੈਸੇਜ ਲੈ ਕੇ ਜਾਓਗੇ? ਮੈਨੂੰ ਪਤਾ ਗਰਮੀ ਆ, ਸੋ ਮੈਨੂੰ ਪਾਪ ਲੱਗੂ, ਕੁੜੀਆਂ ਮੈਂ ਇੰਨੀਆਂ ਸੋਹਣੀਆਂ ਗਰਮੀ 'ਚ ਖੜਾਈਆਂ ਨੇ ਹੈ ਨਾ, ਸੋ ਮੈਂ ਨਹੀਂ ਨਹੀਂ ਕੋਈ ਨਹੀਂ। ਮੈਸੇਜ ਤਾਂ ਇਹੀ ਹੈ ਕਿ ਸਭ ਤੋਂ ਪਹਿਲਾਂ ਤਾਂ ਥੈਂਕ ਯੂ ਸੋ ਮਚ ਤੁਹਾਡਾ ਵੀ ਇੰਟਰਵਿਊ ਕਰਨ ਲਈ, ਬਹੁਤ ਵਧੀਆ ਕੁਐਸਚਨ ਸੀਗੇ। ਅਤੇ ਬਾਕੀ ਵਿਊਅਰਸ ਨੂੰ ਇਹੀ ਆ ਕਿ ਇੱਦਾਂ ਹੀ ਪਿਆਰ ਦਿੰਦੇ ਰਹੋ ਅਤੇ ਸੈਕਿੰਡ ਸੀਜ਼ਨ ਨੂੰ ਵੀ ਹੋਰ ਜ਼ਿਆਦਾ ਪਿਆਰ ਦਿਓ। ਮੈਂ ਹੀ ਕਹਿਣਾ ਚਾਹੂੰਗੀ ਜੋ ਇਹਨੇ ਕਿਹਾ, ਬੇਸਿਕਲੀ ਸਭ ਕੁਛ ਕਾਪੀ ਪੇਸਟ, ਬਟ ਥੋੜ੍ਹਾ ਜਿਹਾ ਮੈਂ ਐਡ ਆਨ ਕਰੂੰਗੀ ਕਿ ਸੈਕਿੰਡ ਸੀਜ਼ਨ ਲਈ ਗਰੋਸਰੀ ਘਟਾਇਓ ਨਾ, ਆਪਾਂ ਛੇਤੀ ਲੈ ਕੇ ਆਵਾਂਗੇ ਅਤੇ ਆਪਾਂ ਤੁਹਾਡੀ ਫਸਟ ਸੀਜ਼ਨ ਤੋਂ ਵੀ ਵਧੀਆ ਹੋ ਗਿਆ ਸੈਕਿੰਡ ਸੀਜ਼ਨ ਵੀ, ਅਸ਼ੋਰ ਯੂ।
मतलब साड़ी पूरी ट्राई है कि असं थोड़ी उम्मीदा से पूरी तरह खरे उतरीए, जिन्ना तुम साढ़े तो चाहते हो असं उस तो भी वध दईए, थोनू साड़ी कोशिश हमेशा ही रहेगी वधिया दईए थोनू, और तुम इसे तरह सानू सपोर्ट करते रहो। कह सकते हैं कि सानू सीज़न टू की बहुत बेसब्री उड़ीक रहेगी, क्योंकि सीज़न वन का मुकाब इस तरीके किया गया है ना कि साड़ी एक्साइटमेंट बहुत ज़्यादा बढ़ गई, हर एक पात्र इस तरीके प्रजेंट किया गया कि अगे 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 की होएगा। सो अगे अगे बहुत कुछ होने वाला सीज़न टू की असी करा उड़ीक। थैंक यू सो मच।